ਪੰਜਾਬੀਆਂ ਨੂੰ ਕੁਰਬਾਨੀ ਦਾ ਜਜ਼ਬਾ ਸਾਡੇ ਮਹਾਨ ਗੁਰੂਆਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸੋਂ ਵਿਰਸੇ ਦੇ ਵਿੱਚ ਮਿਲਿਆ ਹੈ, ਜਿਨ੍ਹਾਂ ਨੇ ਭੋਲੇ ਪਾਲੇ ਅਤੇ ਮਦਦਹੀਨ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਦੇ ਲਈ ਬੇਇਨਸਾਫ਼ੀ, ਦਮਨ ਅਤੇ ਜ਼ੁਲਮ ਦੇ ਖਿਲਾਫ਼ ਲੜਾਈ ਲੜੀ ਸੀ। ਜਿਨ੍ਹਾਂ ਦੇ ਵਿੱਚੋਂ ਨਿੱਕੀਆਂ ਜਿੱਦਾਂ ਵੱਡੇ ਸਾਕੇ ਅਜਿਹੀਆਂ ਘਟਨਾਵਾਂ ਨੇ ਹਰ ਵਰਗ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ ਸੀ। ਇਸੇ ਤਹਿਤ ਉਹਨਾਂ ਵੱਲੋਂ ਪਾਰਲੀਮੈਂਟ ਦੇ ਵਿੱਚ ਮਤਾ ਰੱਖ ਕੇ ਸਾਹਿਬਜ਼ਾਦਿਆਂ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸੈਦ ਖੇੜੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਪਟਿਆਲਾ ਦੇ ਸਰਪ੍ਰਸਤ ਜਥੇਦਾਰ ਜਰਨੈਲ ਸਿੰਘ ਸੈਦ ਖੇੜੀ ਦੇ ਨਿਵਾਸ 'ਤੇ ਇੱਕ ਵਿਸ਼ੇਸ਼ ਸਮਾਗਮ ਦੇ ਦੌਰਾਨ ਸੰਬੋਧਨ ਕਰਦਿਆਂ ਕੀਤਾ। ਰਾਜਪੁਰਾ ਤੋਂ ਰਜਿੰਦਰ ਸਿੰਘ ਮੋਹੀ, ਆਜ਼ਾਦ ਟੀਵੀ ਨਿਊਜ਼। ਮੈਂ ਇਸ ਕਰਕੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸਨਮਾਨ ਕੀਤਾ ਵੀ ਇਹਨਾਂ ਨੇ ਪਾਰਲੀਮੈਂਟ ਵਿੱਚ ਸਾਡੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਇਹਨਾਂ ਨੇ ਉੱਥੇ ਸ਼ਰਧਾਂਜਲੀ ਭੇਟ ਕਰਾਈ, ਇਹਨਾਂ ਨੇ ਮਤਾ ਰੱਖਿਆ ਅਤੇ ਉਹਨਾਂ ਨੇ ਮਜਬੂਰ ਹੋ ਕੇ ਇਹ ਮਤੇ 'ਤੇ ਮੋਹਰ ਲਾਈ ਅਤੇ ਉਹਨਾਂ ਨੇ ਜਦੋਂ ਇਹ ਮਤਾ ਪਾਸ ਹੋਇਆ, ਇਹਨਾਂ ਨੂੰ ਪਹਿਲਾਂ ਤਾਂ ਸ਼ਹੀਦ ਹੀ ਨਹੀਂ ਸੀ ਮੰਨਦੇ, ਜਦੋਂ ਇਹ ਸਰਕਾਰ ਨੂੰ ਇਹ ਸਾਡੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਇੰਨਾ ਮਤਾ ਰੱਖ ਕੇ ਅਤੇ ਇਹ ਜਿਹੜਾ ਅੱਜ ਤੋਂ ਲੱਗ ਕੇ ਮਹਾਰਾਜਾ ਰਣਜੀਤ ਸਿੰਘ ਤੋਂ ਲੱਗ ਕੇ ਅੱਜ ਤੱਕ ਲੱਗ ਕੇ ਇਹ ਕਿਸੇ ਨੇ ਇਹ ਨਹੀਂ ਸੀ ਕਰਾਇਆ। ਮੈਂ ਇਸ ਵਾਸਤੇ ਇਹਨਾਂ ਦਾ ਧੰਨਵਾਦ ਕੀਤਾ ਅਤੇ ਤਾਂ ਇਹਨਾਂ ਦਾ ਸਨਮਾਨ ਕੀਤਾ ਵੀ ਇਹ ਸਭ ਤੋਂ ਵੱਡਾ ਜਿਹੜਾ ਕੰਮ ਸਿੱਖ ਕੌਮ ਵਾਸਤੇ ਹੋਇਆ ਇਹ ਇਹਨਾਂ ਨੇ ਕੀਤਾ। ਮੈਂ ਇਸ ਗੱਲ ਦਾ ਸਾਰੇ ਸਾਥੀਆਂ ਨੂੰ, ਭਰਾਵਾਂ ਨੂੰ, ਵੀਰਾਂ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ, ਸਾਰੇ ਸਿੱਖ ਜਗਤ ਨੂੰ, ਵੀ ਜਿਹੜੇ ਬਾਹਰਲੇ ਮੁਲਕ ਵੀ ਲੋਕ ਸੁਣਦੇ ਨੇ ਉਹ ਇਸ ਗੱਲ ਦਾ ਮੈਂ ਧੰਨਵਾਦ ਕਰਨਾ ਆ ਵੀ ਜਿਨ੍ਹਾਂ ਨੇ ਪਾਰਲੀਮੈਂਟ ਜਾ ਕੇ ਇੰਨਾ ਵੱਡਾ ਕੰਮ ਕੀਤਾ ਸਾਡੀ ਕੌਮ ਵਾਸਤੇ, ਮੇਰੇ ਵਾਸਤੇ ਖਾਸ ਕਰਕੇ। ਮੈਂ ਇਸ ਕਰਕੇ ਇਹਨਾਂ ਦਾ ਧੰਨਵਾਦ ਕਰਨਾ। ਪਹਿਲਾਂ ਤਾਂ ਮੈਂ ਜੇ ਸੈਦ ਖੇੜੀ ਪਿੰਡ ਦੇ ਵਿੱਚ ਆਇਆ, ਇੱਥੋਂ ਦੇ ਸੈਦ ਖੇੜੀ ਪਿੰਡ ਨੂੰ ਮਾਣ ਆ, ਪੰਥ ਪ੍ਰਸਤਾਂ ਦਾ ਪਿੰਡ ਕਹਿ ਲਓ, ਪੰਥ ਦੇ ਜਰਨੈਲਾਂ ਦਾ ਪਿੰਡ ਕਹਿ ਲਓ। ਸਾਹ ਜਰਨੈਲ ਸਿੰਘ ਸੈਦ ਖੇੜੀ ਵਰਗੇ ਜਰਨੈਲ ਇੱਥੇ, ਬੀਬੀ ਕਿਰਪਾਲ ਕੌਰ ਵਰਗੀਆਂ ਜਥੇਦਾਰਨੀਆਂ ਇੱਥੇ, ਨਿਸ਼ਾਨ ਸਿੰਘ ਹੋਰੀ, ਕੁਲਵੰਤ ਸਿੰਘ, ਧਿਆਨ ਸਿੰਘ ਹੋਰੀ, ਕੁਲਵੀਰ ਸਿੰਘ ਹੋਰੀ, ਚਮਨ ਜੀ ਹੋਰੀ, ਕਿੰਨੇ ਹੀ ਮੇਰਾ ਖਿਆਲ ਆ ਇੱਥੇ ਸਾਰੇ ਜਰਨੈਲ ਹੀ ਨੇ, ਸਿਪਾਹੀ ਕੋਈ ਨਹੀਂ, ਕਿਉਂਕਿ ਹਮੇਸ਼ਾ ਇਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਚੌਹਾਨ ਜੀ ਬੈਠੇ ਨੇ, ਮਤਲਬ ਬਜ਼ੁਰਗਾਂ ਤੋਂ ਲੈ ਕੇ ਇਹਨਾਂ ਦੀ ਵਿਰਾਸਤ ਹੀ ਹਮੇਸ਼ਾ ਪੰਥ ਦਾਦੀਆਂ ਦੀ ਆ। ਅੱਜ ਇਹਨਾਂ ਨੇ ਮੇਰਾ ਸਨਮਾਨ ਕੀਤਾ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਜਿੱਥੇ ਤੱਕ ਪੋਲ ਖੋਲ੍ਹੋ ਰੈਲੀਆਂ ਦੀ ਗੱਲ ਆ, ਸ਼੍ਰੋਮਣੀ ਅਕਾਲੀ ਦਲ ਨੇ ਪੋਲ ਖੋਲ੍ਹੋ ਅਭਿਆਨ ਛੇੜਿਆ ਸੀ ਕਿ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਸ ਤਰ੍ਹਾਂ ਝੂਠ ਬੋਲ ਕੇ, ਧੋਖਾ ਦੇ ਕੇ, ਵਿਸ਼ਵਾਸਘਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਅਤੇ ਰਾਜ ਸੱਤਾ ਹਾਸਲ ਕਰ ਲਈ, ਰਾਜ ਸੱਤਾ ਹਾਸਲ ਕਰਨ ਤੋਂ ਬਾਅਦ ਕਿਸੇ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਭਾਵੇਂ ਕਰਜ਼ਾ ਮਾਫੀ ਦਾ ਸੀ, ਭਾਵੇਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਸੀ, ਭਾਵੇਂ ਸਮਾਰਟਫੋਨ ਦੇਣ ਦੀ ਗੱਲ ਸੀ, ਭਾਵੇਂ ਪੈਨਸ਼ਨਾਂ ਵਧਾਉਣ ਦੀ ਗੱਲ ਸੀ, ਭਾਵੇਂ ਸ਼ਗਨ ਸਕੀਮ ਵਧਾਉਣ ਦੀ ਗੱਲ ਸੀ, ਕੋਈ ਵਾਅਦਾ ਪੂਰਾ ਨਹੀਂ ਹੋਇਆ। ਪਰ ਹੁਣ ਤਾਂ ਸਰਕਾਰ ਨੇ ਆਪਣੀ ਪੋਲ ਆਪ ਹੀ ਖੋਲ੍ਹ ਲਈ, ਜਦੋਂ ਮੋਹਰ ਲਾ ਦਿੱਤੀ ਕੈਬਨਿਟ ਨੇ ਕਿ ਨਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਏਗੀ ਅਤੇ ਗੁੰਡਾ ਟੈਕਸ ਅੱਗੇ ਤਾਂ ਬੰਦ ਹੋ ਜਾਏਗਾ, ਇਹਦਾ ਮਤਲਬ ਵੀ ਹੁਣ ਤਾਂ ਗੁੰਡਾ ਟੈਕਸ ਲੱਗਿਆ ਹੋਇਆ ਸੀ, ਹੁਣ ਹੋਰ ਵੀ ਉਹ ਤੋਂ ਵੱਧ ਪੋਲ ਖੋਲ੍ਹਤੀ ਕੈਪਟਨ ਸਾਹਿਬ ਦੇ ਪਾਰਟੀ ਦੇ MLA ਅਤੇ MPs ਨੇ, ਦੋਨੋਂ ਸਾਹਿਬ ਹੋਰਾਂ ਨੇ ਜਦੋਂ ਉਹਨਾਂ ਨੇ ਸਪਸ਼ਟ ਕਿਹਾ ਵੀ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅਸੀਂ ਲੋਕਾਂ ਵਿੱਚ ਜਾਣ ਜੋਗੇ ਨਹੀਂ ਰਹੇ। ਸੋ ਮੈਂ ਸਮਝਦਾ ਹੁਣ ਤਾਂ ਸਰਕਾਰ ਨੇ ਆਪਣੀ ਪੋਲ ਆਪ ਹੀ ਖੋਲ੍ਹ ਲਈ, ਸਰਕਾਰ ਨੇ ਸਰਕਾਰੀ ਖਜ਼ਾਨੇ ਨੂੰ ਆਪ ਚੂਨਾ ਲਾ ਕੇ
ਪੰਜਾਬ ਨੂੰ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਲਿਆਂਦਾ। ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਕੁਛ ਬੈਂਕਾਂ ਵੱਲੋਂ ਘਰਾਂ 'ਚ ਧਰਨੇ ਵੀ ਲਾਏ ਗਏ ਨੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਬੈਂਕਾਂ ਵੱਲੋਂ ਘਰਾਂ 'ਚ ਧਰਨੇ ਲਾਉਣਾ ਮੈਂ ਸਮਝਦਾ ਸਰਾਸਰ ਲੋਕਾਂ ਨੂੰ ਲੜਾਉਣ ਵਾਲੀ ਗੱਲ ਸੀ, ਲੋਕਾਂ ਵਿੱਚ ਫੁੱਟ ਪਾਉਣ ਵਾਲੀ ਗੱਲ ਸੀ। ਇਹਦਾ ਮਤਲਬ ਸਰਕਾਰ ਆਪ ਫੇਲ ਹੋ ਗਈ, ਮੁਲਾਜ਼ਮਾਂ ਨੂੰ ਲੋਕਾਂ ਨਾਲ ਲੜਾਈ ਜਾ ਰਹੀ ਆ। ਇਹ ਬਹੁਤ ਗਲਤ ਨੀਤੀ ਸੀ ਜੋ ਰਿਕਵਰੀ ਲਈ ਡਿਫਾਲਟਰਾਂ ਦੇ ਘਰਾਂ 'ਤੇ ਧਰਨੇ ਲਾਏ। ਪੰਜਾਬ ਦੇ ਲੋਕਾਂ ਦੀ ਤਹੀਨ ਵੀ ਸੀ, ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾ ਕੇ ਖਾਨਾ ਜੰਗੀ ਕਰਾਉਣ ਦੀ ਸਾਜਿਸ਼ ਵੀ ਸੀ। ਹੁਣ ਅੱਗੇ MP ਇਲੈਕਸ਼ਨਾਂ ਵਿੱਚ ਅਕਾਲੀ ਦਲ ਦੀ ਕੀ ਭੂਮਿਕਾ ਰਹੇਗੀ? ਅਕਾਲੀ ਦਲ ਦੀ ਭੂਮਿਕਾ ਕੀ? ਅਕਾਲੀ ਦਲ MP ਦੀਆਂ ਚੋਣਾਂ, ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਆਏਗੀ, ਬੜੀ ਸ਼ਾਨਦਾਰ ਨਾਲ ਲੜੇਗਾ, ਜਿੱਤੇਗਾ। ਆਹ ਜਿਹੜੀ ਹਾਈਜੈਕ ਕਰਦੇ ਰਹੇ ਨੇ, ਠੱਗੀ ਕਰਦੇ ਰਹੇ ਨੇ ਕਾਰਪੋਰੇਸ਼ਨ ਦੀਆਂ ਚੋਣਾਂ 'ਚ, ਇਹ ਠੱਗੀ ਉੱਥੇ ਨਹੀਂ ਲਾ ਸਕਣਗੇ। ਅਤੇ ਕਾਂਗਰਸ ਨੂੰ ਉਦੋਂ ਪਤਾ ਲੱਗੂ, ਕੈਪਟਨ ਸਾਹਿਬ ਦੀ ਸਰਕਾਰ ਨੂੰ ਵੀ ਅਸਲੀਅਤ।